Bismillahirrahmanirrahim. İyyaka na'budu ve iyyaka nasta'in. Assalamu alaikum. Vekhda peo tusi Pak Patan Punjab TV. Main haan tuhaada mezban Muhammad Hassan Raza. Jivein ki doston nu pata hai assi Delhi baiyan vaste navein tu navein acche tu acche aur mukhtalif janwaran diyan video leke hazir hunne aa. Aaj di video dosto ਬੜੀ ਇੰਟਰਸਟਿੰਗ ਹੈ। ਅੱਜ ਦੀ ਵੀਡੀਓ ਬੜੀ ਲਾਜਵਾਬ ਹੋਣ ਵਾਲੀ ਹੈ। ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਣੀ ਹੈ ਤਾਂ ਕਿ ਦੋਸਤਾਂ ਨੂੰ ਸਰੂਰ ਆਉਣ, ਸਜਣਾ ਬੇਲੀਆਂ ਦੇ ਆਸ਼ਕਾਂ ਦੇ ਰੂਹ ਰਾਜ਼ੀ ਹੋਣ ਅੱਲਾ ਦੇ ਹੁਕਮ ਦੇ ਨਾਲ। ਅੱਜ ਦਾ ਜਿਹੜਾ ਤੋਹਫ਼ਾ, ਅੱਜ ਦਾ ਦਾਣਾ, ਅੱਜ ਦਾ ਇਹ ਨੀਲੀ ਦਾ ਨਾਯਾਬ ਹੀਰਾ ਜਿਹੜਾ ਤੁਹਾਨੂੰ ਸਕਰੀਨ 'ਤੇ ਨਜ਼ਰ ਆ ਰਿਹਾ, ਅੱਜ ਦੀ ਜਿਹੜੀ ਜੋਟੀ ਹੈ ਜਿਹੜੀ ਤੁਹਾਨੂੰ ਵਿਖਾਉਣ ਲੱਗਿਆ ਹੈ, ਅੱਲਾ ਦੇ ਹੁਕਮ ਦੇ ਨਾਲ ਕੋਈ ਬੰਦਾ ਜ਼ੋਰ ਲਾ ਲਵੇ, ਮਹੀਨਾ, ਦੋ ਮਹੀਨਾ, ਛੇ ਮਹੀਨਾ ਵੀ ਕੋਈ ਬਚਦਾ ਰਹੇ ਅਤੇ ਐਵੇਂ ਦਾ ਹੀਰਾ ਤੁਹਾਨੂੰ ਕਿਸੇ ਨਹੀਂ ਵਿਖਾਉਣਾ। ਮੂੰਹ ਦੇ ਵਿੱਚੋਂ ਖੀਰੀ ਜੋਟੀ, ਕੱਚੀ ਖੀਰੀ ਹੈ, ਲਵੀਆਂ ਉਮਰਾਂ ਮਾਸ਼ਾਲਾ, ਇੰਤਹਾਈ ਖੂਬਸੂਰਤ ਆਊਟ ਕਲਾਸ ਜੋਟੀ ਹੈ। ਮੂੰਹ ਦੇ ਵਿੱਚੋਂ ਖੀਰੀ ਹੋ ਕੇ ਬੜਾ ਵੱਡਾ ਕੱਦ, ਲੰਬਾਈਆਂ, ਫਿਰ ਹੁਸਨ, ਨਸਲਾਂ, ਜ਼ਾਤਾਂ ਚੈੱਕ ਕਰਨੀਆਂ ਨੇ ਆਸ਼ਕਾਂ ਨੇ, ਸ਼ੌਕੀਨਾਂ ਨੇ, ਬਰੀਡਰਾਂ ਨੇ, ਜਿਹੜੇ ਦੋਸਤ ਪਿਆਰ ਕਰਦੇ ਨੇ ਨੀਲੀ ਦੇ ਨਾਲ, ਨੀਲੀ ਨੂੰ ਪਸੰਦ ਕਰਦੇ ਨੇ, ਉਹਨਾਂ ਬਾਈਆਂ ਵਾਸਤੇ ਜਨਾਬ ਲੈ ਕੇ ਹਾਜ਼ਰ ਹੋਏ ਹੈ। ਦੋਸਤਾਂ ਨੇ ਚਿਹਰਾ ਚੈੱਕ ਕਰਨਾ, ਜੋਟੀ ਨੂੰ ਇੰਤਹਾਈ ਖੂਬਸੂਰਤ ਚਿਹਰਾ, ਕੈਮਰਾਮੈਨ ਸਾਹਿਬ ਕੋਸ਼ਿਸ਼ ਕਰਕੇ ਅੱਖਾਂ ਵਿਖਾਉਣੀਆਂ ਨੇ ਦੋਵੇਂ ਤਸੱਲੀ ਦੇ ਨਾਲ, ਬਰਾਬਰ ਅੱਖਾਂ ਸਫੈਦ ਔਰ ਐਕਸਟਰਾ ਅੱਖੇ ਉੱਤੇ ਰੱਖੀ ਹੋਈ ਮਾਸ਼ਾਲਾ, ਬੜੀ ਖੂਬਸੂਰਤ ਔਰ ਮੋਟੀ ਅੱਖ, ਸਫੈਦ ਚਿੱਟੀ ਬਿੱਲੀਆਂ ਵੀ ਕਿਹਾ ਜਾਂਦਾ, ਕੁਝ ਦੋਸਤ ਛੱਲੇ ਵਾਲੀਆਂ ਵੀ ਅੱਖਾਂ ਸੱਦੇ ਨੇ, ਮਾਣਕੀਆਂ ਵੀ ਸੱਦੇ ਨੇ। ਹਰ ਬੰਦੇ ਦੀ ਆਪਣੀ ਆਪਣੀ ਬੋਲੀ ਹੈ, ਆਪਣੀ ਆਪਣੀ ਜ਼ਬਾਨ ਦੇ ਵਿੱਚ ਹਰ ਬੰਦਾ ਸੱਦਦਾ, ਬੁਲਾਉਂਦਾ, ਦੱਸਦਾ। ਅੱਜ ਦਾ ਜਿਹੜਾ ਤੋਹਫ਼ਾ ਜਿਹੜਾ ਬਾਈਆਂ ਨੂੰ ਨਜ਼ਰ ਆ ਰਿਹਾ ਤਸੱਲੀ ਦੇ ਨਾਲ, ਤੁਸੀਂ ਵੇਖ ਲੈਣਾ, ਸਾਡਾ ਕੰਮ ਹੈ ਤੁਹਾਨੂੰ ਵਿਖਾਉਣਾ, ਕੋਸ਼ਿਸ਼ ਕਰਕੇ ਅਸੀਂ ਵਿਖਾਉਣੇ ਹੈ, ਤੁਹਾਡਾ ਕੰਮ ਹੈ ਤਸੱਲੀਆਂ ਕਰਨੀਆਂ, ਇਹ ਚੈੱਕ ਕਰਨੀ ਹੈ ਪੂਰੀ ਗਿੱਟ ਗਿੱਟ ਪਛਮ ਟੋਟਲ ਬਾਡੀ 'ਤੇ ਤੁਹਾਨੂੰ ਨਜ਼ਰ ਆ ਰਹੀ ਹੈ, ਅੱਗੂ ਚੈੱਕ ਕਰਨੀ ਹੈ ਗਿੱਟ ਕੱਟੀ ਨੀਵੀਂ, ਪਿੱਛੂ ਉੱਚੀ, ਅੱਗੂ ਬਿਲਕੁਲ ਬਰੀਕ ਅਤੇ ਪਿੱਛੂ ਚੌੜਾਈਆਂ ਚੈੱਕ ਕਰਨੀਆਂ ਨੇ ਮਾਸ਼ਾਲਾ, ਇੰਤਹਾਈ ਖੂਬਸੂਰਤ ਔਰ ਆਊਟ ਕਲਾਸ ਜਨਾਬ। ਅੱਜ ਦਾ ਇਹ ਪੀਸ ਹੈ, ਇਹ ਤੋਹਫ਼ਾ ਹੈ, ਲੜਕੀਆਂ ਬੁੱਚ ਪਾਏ ਹੋਏ ਨੇ, ਸਿੰਗੀ ਚੈੱਕ ਕਰਨੀ ਹੈ ਮਾਸ਼ਾਲਾ, ਇੰਤਹਾਈ ਖੂਬਸੂਰਤ, ਛੋਟੀ ਛੋਟੀ ਸਿੰਗੀ ਮੋੜ ਕੇ ਇਹ ਵਿੱਚ ਲਾਈ ਫਿਰਦੀ ਹੈ, ਨਿੱਕੀ ਜਿਹੀ ਫੁੱਲੀ ਜਿਹੜੀ ਖੁੱਤੀ ਹੈ ਦੋਸਤਾਂ ਨੇ ਵੇਖਣੀ ਹੈ, ਦੋ ਹੱਥ ਲੰਮੀ ਕੂੰਜ ਵਰਗੀ ਗਿਰਦਾ ਰਹੇ ਅਤੇ ਥੱਲੂ ਚੈੱਕ ਕਰਨੀ ਹੈ ਮਾਸ਼ਾਲਾ, ਐਵੇਂ ਦਾ ਥੱਲਾ ਹਜ਼ਾਰਾਂ ਜੋਟੀਆਂ ਦੇ ਵਿੱਚੋਂ ਇੱਕ ਜੋਟੀ ਨੂੰ ਐਵੇਂ ਦਾ ਥੱਲਾ ਹੁੰਦਾ, ਐਵੇਂ ਦਾ ਥਾਣ, ਐਵੇਂ ਦੇ ਗੁੱਲ ਵਿਰਲ ਵੱਧਰ ਚੈੱਕ ਕਰਨੇ ਨੇ ਮਾਸ਼ਾਲਾ, ਖੀਰੀ ਹੋ ਕੇ ਐਵੇਂ ਲੱਗਦਾ ਕਿ ਜਿਵੇਂ ਜੱਲਰ ਪੱਟੀ ਫਿਰਦੀ ਹੈ, ਇਹ ਮਾਸ਼ਾਲਾ ਚੈੱਕ ਕਰਨਾ, ਅਸੀਲ ਅਸ਼ਰਾਫ ਪੂਰੀ ਇਹ ਦੋਸਤਾਂ ਨੇ ਵੇਖਣਾ, ਇਹ ਵੱਧਰ ਮਾਸ਼ਾਲਾ ਬਟਣਾ ਦੇ ਨਿਸ਼ਾਨ ਹੁਲੇ ਲਾ ਮੌਜੂਦ ਨੇ, ਬਾਕੀ ਮੈਂ ਚੈੱਕ ਕਰਨੀ ਅਸੀਲ ਅਸ਼ਰਾਫ ਕਿਤਨੀ ਹੈ, ਵਿਰਲ ਗਿੱਟ ਗਿੱਟ ਨਾਪਵੀਂ ਗਿੱਟ ਵਿਰਲ ਹੈ, ਉਹ ਫੜਾਉਂਦੀ ਹੈ, ਉਹ ਫੜਾ ਲਈ ਸੀ, ਬਾਕੀ ਇਹ ਬਾਹਰ ਆਈ ਖਲੀ ਹੈ ਮਾਲ ਦੇ ਵਿੱਚੋਂ।
ਸ਼ਾਇਦ ਨਾ ਫੜਾਵੇ ਜਾਂ ਫੜਾ ਹੀ ਲਈ ਸੀ। ਚੈੱਕ ਕਰਨੀ ਮਾਸ਼ਾਅੱਲਾ ਬੜੀ ਆਊਟ ਕਲਾਸ ਜੋਟੀ ਮੂੰਹ ਦੇ ਵਿੱਚੋਂ, ਕੈਮਰਾਮੈਨ ਸਭ ਕੋਸ਼ਿਸ਼ ਕਰਕੇ ਵਿਖਾ ਲੈਣੀ ਆ ਖੀਰੀ ਮੂੰਹ ਦੇ ਵਿੱਚੋਂ। ਮੂੰਹ ਦੀ ਵੀ ਅਸੀਲ ਅਸ਼ਰਾਫ ਹੈ, ਇਹ ਚੈੱਕ ਕਰਨੀ ਹੈ ਬਿਲਕੁਲ ਕੱਚੀ ਖੀਰੀ ਹਾਲੀ ਤੱਕ ਵਿਰਲਾ ਜੋਟੀ ਨੇ ਨਹੀਂ ਪਾਈਆਂ। ਇਹਨੇ ਜਨਾਬ ਅਜੇ ਦੁੰਦਾ ਹੋਣਾ, ਫਿਰ ਚੋਗਾ ਛਿੱਕੀ ਹੋਣੀ ਹੈ, ਫਿਰ ਸਾਡਾ ਵਾਲੀਆਂ ਕਰਨੀਆਂ ਨੇ ਇਹਨੇ, ਅਤੇ ਇਨਸ਼ਾਅੱਲਾ ਚੰਗੀ ਬਲਾਮ ਅੱਜ ਬਣ ਜਾਣੀ ਹੈ। ਤੂੰ ਕੈਮਰਾਮੈਨ ਸਾਹਿਬ ਸਾਈਡ ਤੋਂ ਵਿਖਾਉਣੀ ਹੈ ਤਾਂ ਕਿ ਦੋਸਤਾਂ ਨੂੰ ਪਤਾ ਲੱਗੇ ਵੀ ਅੱਗੂ ਜੋਟੀ ਕਿਤਨੀ ਬਰੀਕ ਹੈ, ਪਿੱਛੋਂ ਚੌੜਾਈ ਚੈੱਕ ਕਰਨੀ ਹੈ। ਅੱਗੂ ਜੋਟੀ ਲਾਂਦੀ ਮੂੰਹ ਪਰ ਨੇ ਡਿੱਗਦੀ ਹੈ ਮਾਸ਼ਾਅੱਲਾ, ਚੈੱਕ ਕਰਨੀ ਔਰ ਪਿੱਛੋਂ ਕਿਤਨੀ ਜੋਟੀ ਉੱਚੀ ਪਈ ਹੈ, ਅੱਡੀ ਸਿੰਗਲ ਡਾਕਾਂ ਖੁੱਟਾ ਖੁੱਡਾ ਚੌੜਾਈਆਂ ਮਾਸ਼ਾਅੱਲਾ, ਪੱਟ ਚੰਗੇ ਖੁੱਚਾਂ, ਪਿਛਲੇ ਪੈਰ ਹਲਕੇ ਹਲਕੇ ਦੋਤੇ ਨੇ, ਅਗਲੀਆਂ ਲੱਤਾਂ ਵੇਖਣੀਆਂ ਨੇ, ਨੌ ਚੈੱਕ ਕਰ ਲੈਣੇ ਨੇ ਬਿਲਕੁਲ ਦੋ ਦੋ ਇੰਚੀ ਦੇ ਔਰ ਘਸੇ ਹੋਏ ਨੌ। ਬਾਕੀ ਜਨਾਬ ਸਾਰੀਆਂ ਗੱਲਾਂ ਕਰਸਾਂ ਮਾਲਕਾਂ ਦੇ ਨਾਲ, ਕੀ ਇਹਦੀ ਗੱਲ ਹੈ ਸਾਰੀ ਡਿਟੇਲ ਦੋਸਤਾਂ ਨੂੰ ਲੈ ਕੇ ਦਿੰਦੇ ਹਾਂ ਮਾਲਕਾਂ ਦੀ ਜ਼ਬਾਨੀ। ਇਹ ਚੈੱਕ ਕਰਨਾ ਬਿਲਕੁਲ ਚਮਕਾਂ ਵਰਗੀ ਪੂਛ ਜੋਟੀ ਨੂੰ, ਚਮੜੀ ਜਿਹੜੀ ਹੈ ਰੇਸ਼ਮ ਵਰਗੀ ਅੱਲਾ ਦੇ ਹੁਕਮ ਦੇ ਨਾਲ। ਅਤੇ ਜੋਟੀ ਦੀ ਬੱਕੀ ਦੀ ਗੱਲ ਕਰੀਏ ਬਿਲਕੁਲ ਛੋਟੀ ਜਿਹੀ ਬੱਕੀ, ਉੱਤੇ ਮੁੱਕ ਰੱਖੀਏ ਬੱਕੀ ਲੁੱਕ ਜਾਂਦੀ ਹੈ, ਦੁਨੀ ਕੌੜੀ ਬਿਲਕੁਲ ਕੋਈ ਨਹੀਂ। ਅੱਲਾ ਦੇ ਹੁਕਮ ਦੇ ਨਾਲ ਅੱਜ ਤੋਹਫ਼ਾ ਬਾਈਆਂ ਵਾਸਤੇ ਲੈ ਕੇ ਹਾਜ਼ਰ ਹੋਇਆ। ਬਾਕੀ ਜਨਾਬ ਸਾਰੀਆਂ ਗੱਲਾਂ ਕਰਸਾਂ ਮਾਲਕਾਂ ਦੇ ਨਾਲ, ਕੀ ਇਹਦੀ ਗੱਲ ਹੈ ਸਾਰੀ ਡਿਟੇਲ ਦੋਸਤਾਂ ਨੂੰ ਲੈ ਕੇ ਦਿੰਦੇ ਹਾਂ। ਬਸ ਇਹ ਹੀ ਰਿਕੁਐਸਟ ਹੈ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਣੀ ਹੈ ਤਾਂ ਕਿ ਤੁਹਾਨੂੰ ਹਰ ਚੀਜ਼ ਦਾ ਪਤਾ ਚੱਲ ਜਾਵੇ, ਸਾਰੀਆਂ ਗੱਲਾਂ ਤੁਹਾਡੀ ਸਮਝ ਵਿੱਚ ਆ ਜਾਣ। ਆਓ ਚਾਚੂ ਜੀ ਆਓ, ਅਸਲਾਮੁ ਅਲੈਕੁਮ। ਇੱਥੇ ਵਾਲੇਕੁਮ ਸਲਾਮ, ਕੀ ਹਾਲ ਚਾਲ ਹੈ ਜੀ? ਠੀਕ ਜੀ, ਸਿਹਤਾਂ ਤਬੀਤਾਂ ਠੀਕ ਹੈ ਨਾ? ਕੀ ਨਾਮ ਹੈ ਆਪਣਾ? ਬਸ਼ੀਰ ਅਹਿਮਦ। ਚਾਚਾ ਬਸ਼ੀਰ ਅਹਿਮਦ, ਸੁਣਿਆ ਬੜੀ ਬੜੀ ਜੋਟੀ ਲੈ ਕੇ ਆਉਂਦਾ ਅਤੇ ਦੋਸਤਾਂ ਨੂੰ ਵਿਖਾਉਂਦਾ, ਤੋਹਫੇ ਦੇਣਾ ਬਾਈਆਂ ਨੂੰ, ਅੱਜ ਤੇਰਾ ਪਿਆਰ ਹੈ, ਤੇਰੀ ਮਿਹਰਬਾਨੀ ਹੈ, ਸਾਨੂੰ ਟਾਈਮ ਦਿੱਤਾ ਜੀ, ਅਤੇ ਜੋਟੀ ਤੇਰੀ ਬੜੀ ਆਊਟ ਕਲਾਸ ਹੈ, ਸਾਨੂੰ ਵੀ ਚੰਗੀ ਲੱਗੀ ਹੈ, ਦੱਸੀ ਹੈ ਕਿ ਵੀ ਬਾਈਆਂ ਨੂੰ ਦੀਦਾਰ ਕਰਵਾਈਏ। ਜੋਟੀ ਅੱਗੇ ਵੀ ਲੈਣਾ ਬੜੀਆਂ ਚੰਗੀਆਂ ਚੰਗੀਆਂ ਲੈਣਾ ਬੜੀਆਂ ਬਿਲਕੁਲ ਇਹ ਪਾਤਕਾਰ ਤੋਂ ਲੈਣਾ ਉਹਨਾਂ ਬੜਾ ਵੀ ਇੱਥੇ ਰੇੜੂ ਰਹਿੰਦੇ ਵਧੀਆ ਨੇ ਜਾਂ ਵੱਡੀਆਂ ਦੀ ਜੋਟੀ ਨਹੀਂ ਹੈ ਅੱਜ ਅੱਲਾ ਦੇ ਹੁਕਮ ਨਾਲ। ਬਿਲਕੁਲ ਸਹੀ ਕਹਿੰਦੇ, ਟੋਰ ਫੇ ਤਾਂ ਲੈਣਾ ਪਰ ਲੈਂਦਾ ਜਿਹੜੀ ਉਹ ਲੈਂਦਾ ਜੋਟੀ ਜਿਹੜੀ ਚੰਗੀ ਮੈਨੂੰ ਆਪ ਦਿਲ ਲੱਗੇ ਉਹ ਲੈਂਦਾ ਉਹਨਾਂ, ਜਿਹੜੀ ਚੰਗੀ ਹੋਵੇ ਉਹ ਹੀ ਲਈਦੀ ਹੈ। ਹਾਂਜੀ ਸਹੀ ਹੈ। ਇਹ ਮਾਸ਼ਾਅੱਲਾ ਜਿਹੜੀ ਅੱਜ ਵਾਲੀ ਜੋਟੀ ਆਪਾਂ ਵਿਖਾਈਏ ਦੋਸਤਾਂ ਨੂੰ, ਇਹ ਤੁਸੀਂ ਦੱਸਣਾ ਵੀ ਕਿਹੜੇ ਘਰ ਦੀ ਹੈ, ਕਿਹੜੇ ਖਾਨਦਾਨ ਨਾਲ ਇਹਦਾ ਦੱਲਾ ਕਿ ਕਿਹੜੀ ਨਸਲ ਜ਼ਾਤ ਹੈ? ਇਹ ਆਈ ਹੈ ਕੀ ਕੋਈ ਤੇਰੇ ਮੈਂ ਨਾ ਜਾਂ ਬੋਲ ਗਿਆ ਉਹਨਾਂ ਦਾ, ਕਿਹੜੇ ਪਾਸੋਂ ਆਈ ਕਿਹੜੇ ਪਾਸੋਂ ਹੈ? ਲੱਖੋ ਕਹਿੰਦੇ ਜੀ, ਲੱਖੋ ਕਹਿੰਦੇ ਜੀ, ਲੱਖੋ ਕਾ ਬਰੀਡ, ਲੱਖੋ ਕਹਿੰਦੇ ਘਰ ਦੀ ਹੈ, ਲੱਖੋ ਜਮਾਈ, ਲੱਖੋ ਕਹਿੰਦੇ ਮਈ ਵਿੱਚੋਂ ਹੈ, ਸਹੀ ਹੋ ਗਿਆ। ਲੱਖੋ ਕਾ ਬਰੀਡ ਹੈ, ਲੱਖੋ ਕਹਿੰਦੇ ਘਰ ਦੀ ਹੈ। ਕਿਦਾਂ ਮੰਡੀ ਤੂੰ ਜਾ ਕੇ? ਨਹੀਂ ਮੰਡੀ ਦੇ ਘਰੋਂ ਲਈ ਹੋਈ ਮੈਂ। ਸਹੀ ਹੋ ਗਿਆ, ਕੋਈ ਬੰਦਾ ਆਇਆ ਤਾਂ ਨਹੀਂ ਆਪਾਂ ਨੂੰ ਆਖਦਾ ਵੀ ਯਾਰ ਮੰਡੀ ਤੂੰ ਲੈ ਕੇ ਆਈ ਕੰਮ ਕੀਤੀ ਖਲੇ ਨੇ? ਨਹੀਂ ਨਹੀਂ ਮੰਡੀ ਤੇ ਨਹੀਂ ਲੈਂਦੀ। ਦੋਸਤਾਂ ਨੇ ਵੇਖ ਲੈਣਾ ਵੀਡੀਓ ਥੋੜੀ ਜਿਹੀ ਪਿਛਾ ਹਟਾ ਕੇ, ਜਿਹੜੇ ਇਹਨੂੰ ਬੁੱਝ ਪਾਏ ਹੋਏ ਨੇ, ਇਹਨੂੰ ਕੋਈ ਤਾਜ਼ੇ ਜਾਂ ਹੁਣੇ ਅਸੀਂ ਬੁੱਝ ਪਾ ਕੇ ਨਹੀਂ ਲਏ ਆਉਂਦੇ, ਇਹ ਜਨਾਬ ਪੁਰਾਣੇ ਬੁੱਝ ਪਾਏ ਹੋਏ ਨੇ, ਛੋਟੀ ਕੱਟੀ ਨੂੰ ਹੀ ਮੰਡੀਆਂ ਵਾਲੀਆਂ ਨੂੰ ਬੁੱਝ ਬੁੱਝ ਕੋ ਨਹੀਂ ਪਾਏ ਹੋਏ ਹੁੰਦੇ ਵੀ ਕੋਈ ਐਵੇਂ ਦੀ ਸ਼ੌਕ ਵਾਲੀ ਜੋਟੀ ਕਾਲਾ ਨਾਲ ਮੰਡੀ 'ਤੇ ਲਿਆ ਤੇ ਕੋਈ ਨਹੀਂ ਵੇਚਦਾ, ਅਤੇ ਘਰੇਲੂ ਜੋਟੀ ਇਸ ਬਾਹਰ ਦੀ ਜੂਹ ਦੀ ਦਰਿਆ ਦੀ ਅਤੇ ਖਾਸ ਨੀਲੀ ਦੀ। ਲੱਖੋ ਕਿਆਂ ਦੇ ਮਾਲ ਬੜਾ ਮਸ਼ਹੂਰ ਹੈ, ਘਰਾਨਾ ਨੀਲੀ ਅਤੇ ਲੱਖੋ ਕਿਆਂ ਦਾ ਜਨਾਬ ਬੜਾ ਹੀ ਮਸ਼ਹੂਰ ਹੈ। ਬੜੀ ਚੰਗੀ ਬੜੀ ਚੰਗੀ ਕੱਦ ਹੈ, ਮੈਂ ਬੜੀ ਸੋਹਣੀ ਮੈਂ, ਇਹ ਵੀ ਮਾਸ਼ਾਅੱਲਾ ਖੀਰੀ ਹੋ ਕੇ ਬੜਾ ਵੱਡਾ ਕੱਦ ਹੈ, ਛੋਟੀ ਕੋਈ ਨਹੀਂ ਹੈ। ਇਹਨੇ ਦੁੰਦਾ ਚੁੱਗਾ ਹੋਣਿਆ ਅਤੇ ਛਿੱਗਾ ਹੋਣਾ, ਫਿਰ ਸਾਡਾ ਵਾਲੇ ਕੱਢਦਿਆਂ ਤੱਕ ਮਾਸ਼ਾਅੱਲਾ ਚੰਗੀ ਵੱਡੀ ਮਾਝ ਬਣਨੀ ਹੈ, ਛੋਟੀ ਮਾਝ ਨਹੀਂ ਬਣਨੀ। ਖੀਰੀ ਹੋ ਕੇ ਬੜਾ ਵੱਡਾ ਕੱਦ ਹੈ, ਛੋਟੀ ਜੋਟੀ ਨਹੀਂ ਹੈ। ਅਤੇ ਚਾਚਾ ਬਸ਼ੀਰ
ਵਧਰ ਮਾਸ਼ਾਅੱਲਾ ਬੜੇ ਸੂ ਕੋਈ ਕ੍ਰਾਸ ਕਰੂਸ ਹੋਈ ਹੋਵੇ ਕੋ ਪਤਾ ਹੈ ਕ੍ਰਾਸ ਹੋਈ ਹੋਈ ਹੈ ਮਾਲਕਾਂ ਦਾ ਕਹਿਣਾ ਹੈ ਹਾਂ ਮਾਲਕਾਂ ਦਾ ਕਹਿਣਾ ਵੀ ਕ੍ਰਾਸ ਹੋਈ ਇਹ ਪਤਾ ਨਹੀਂ ਆਪਾਂ ਚੈੱਕ ਤਾਂ ਨਹੀਂ ਕਰਵਾਇਆ ਚੈੱਕ ਕੋ ਨਹੀਂ ਚੈੱਕ ਕੋ ਨਹੀਂ ਕਰਵਾਇਆ ਲੱਗਦਾ ਹੈ ਵੀ ਜੋਟੀ ਗੱਬਾਂ ਨੇ ਲੇਕਿਨ ਚੈੱਕ ਨਹੀਂ ਹੋਈ ਹੈ ਪਾਸ ਕੋ ਨਹੀਂ ਕਰਵਾਈਏ ਇਹ ਤੁਹਾਡੇ ਹੈਗਾ ਨਸੀਬ ਹੋਣੇ ਨੇ ਜਿਹੜੇ ਵੀਰ ਦੇ ਨਸੀਬਾਂ 'ਚ ਹੋਈ ਅਗਾਂਹ ਅੱਲਾ ਕਰਸੀ ਤਾਂ ਨਿਕਲ ਪਸੀ ਅਤੇ ਇਹ ਜਨਾਬ ਅੱਜ ਦਾ ਜਿਹੜਾ ਤੋਹਫਾ ਹੈ ਬਾਈਆਂ ਵਾਸਤੇ ਜੇ ਜਿਹੜੇ ਵੀਰ ਦੇ ਨਸੀਬਾਂ 'ਚੋਂ ਸ਼ਾਇਦ ਨਿਕਲ ਵੀ ਪਵੇ ਕੀ ਆਖਿਆ ਜਾ ਸਕਦਾ ਨਹੀਂ ਵੀ ਨਿਕਲ ਸਕਦੀ ਲੇਕਿਨ 100% ਇਹਦੇ ਚਾਂਸ ਨੇ ਕਿ ਜੋਟੀ ਗੱਬਣ ਹੈ ਕਿਉਂਕਿ ਵਜੂਦ ਤੂੰ ਦੱਸਦੀ ਹੈ ਵਧਰਾਂ ਤੂੰ ਦੱਸਦੀ ਹੈ ਐਵੇਂ ਲੱਗਦਾ ਕਿ ਜਿਵੇਂ ਮਾਸ਼ਾਅੱਲਾ ਤਲੀ ਪੱਟੀ ਫਿਰਦੀ ਹੈ ਅਤੇ ਚਾਚਾ ਬਸ਼ੀਰ ਹੁਣ ਕੀ ਜਾਂਦਾ ਰੇਟ ਰੇਟ ਪਿਆਰ ਵਾਲਾ ਕਰਨਾ ਜੋਟੀਆਂ ਤੂੰ ਚੰਗੀਆਂ ਲੈ ਆਉਂਦਾ ਤੇਰਾ ਬੜਾ ਨਾਂ ਸੁਣ ਕੇ ਮੈਂ ਵੀ ਆਇਆ ਹਾਂ ਅਤੇ ਰੇਟ ਪਿਆਰ ਵਾਲਾ ਇੱਥੇ ਕੈਮਰੇ ਦੇ ਵਿੱਚ ਵੇਖ ਕੇ ਬਿਲਕੁਲ ਜਿਹੜੇ ਆਪਾਂ ਲੈ ਲਵਣੇ ਨੇ ਜੋਟੀ ਵੀ ਚੰਗੀ ਹੈ ਅਤੇ ਦੋਸਤੇ ਨਾ ਆਖਣ ਵੀ ਯਾਰ ਰੇਟ ਜ਼ਿਆਦਾ ਹੋ ਗਿਆ 2,85,000 ਥੋੜਾ ਬਹੁਤ ਕਰ ਸਾਂ ਪਿਆਰ ਇਹ ਗੱਲ ਹੈ ਜਿਹੜਾ ਬਾਕੀ ਇਹ ਜੋਟੀ ਜਿਹੜੀ ਬੜੀ ਸੋਹਣੀ ਇਸ ਤਰ੍ਹਾਂ ਅੱਲਾ ਦੇ ਹੁਕਮ ਨਾਲ ਜੋਟੀ ਆਮ ਲਭਦੀ ਨਹੀਂ ਸਹੀ ਹੈ ਹਾਂਜੀ ਇਹ ਜੋਟੀ ਅਗਰ ਆਪਾਂ ਕਿਸੇ ਬਰੀਡ ਵਾਲੇ ਬੰਦੇ ਦੇ ਕੋਲ ਜਾਵੀਏ ਜਿਹੜਾ ਬੰਦਾ ਬਰੀਡਿੰਗ ਦੇ ਕੰਮ ਕਰਦਾ ਵੀ ਹੈ ਜਿਵੇਂ ਮਾਸ਼ਾਅੱਲਾ ਇਹ ਤਾਂ ਸਾਡੇ ਕੋਲ ਬਰੀਡਾਂ ਮਸ਼ਹੂਰ ਨੇ ਮਾਸ਼ਾਅੱਲਾ ਬਲੋਚ ਹੋ ਗਏ ਜਾਂ ਪੀਰ ਹੋ ਗਏ ਬੋਦਲੇ ਹੋ ਗਏ ਅੱਗੇ ਪਿੱਛੇ ਸਹਿ ਸਾਰੇ ਮੋਮੇ ਕੇ ਲੰਗਰੀਏ ਜੋਈਏ ਡੁੱਡੀ ਆ ਜਿਤਨੇ ਹੈਗੇ ਇੱਥੇ ਬਰੀਡਾਂ ਆਇਆ ਨੇ ਅਗਰ ਕਿਸੇ ਬੰਦੇ ਕੋਲ ਚਲੇ ਜਾਈਏ ਤਾਂ ਉਹਨਾਂ 5-6 ਲੱਖ ਤੂੰ ਘੱਟ ਜੋਟੀ ਕੋ ਨਹੀਂ ਦੇਣੀ ਅਗਰ ਉਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਸਾਰੀਆਂ ਗੱਲਾਂ ਮੱਦੇਨਜ਼ਰ ਰੱਖਦਿਆਂ ਹੋਇਆ ਉਹਨਾਂ ਨੂੰ ਵੇਖੀਏ ਜ਼ਿਹਨ ਦੇ ਵਿੱਚ ਰੱਖੀਏ ਤਾਂ ਜੋਟੀ ਦਾ ਬਿਲਕੁਲ ਮੁੱਲ ਕੋਈ ਨਹੀਂ ਹੈ ਬਾਕੀ ਜਿਹੜੇ ਬੰਦੇ ਪੈਸੇ ਭਰਨੇ ਨੇ ਉਹਨੂੰ ਲੱਗਣਾ ਹੈ ਕਿ ਯਾਰ ਮੁੱਲ ਜ਼ਿਆਦਾ ਹੈ ਲੇਕਿਨ ਜਦੋਂ ਜੋਟੀ ਤਿਆਰ ਹੋਣੀ ਅੱਲਾ ਦੇ ਹੁਕਮ ਦੇ ਨਾਲ ਸਾਡਾ ਜ਼ਾਤੀ ਤਜਰਬਾ ਹੈ ਅਤੇ ਇਨਸ਼ਾਅੱਲਾ ਉਦੋਂ ਸੱਜਣ ਆਖ ਸਨ ਕਿ ਯਾਰ ਐਵੇਂ ਦੀ ਜੋਟੀ ਦੁਬਾਰਾ ਲੱਭ ਕੇ ਦਿਓ ਕਿਉਂਕਿ ਐਵੇਂ ਦੀ ਜਿਹੜੀ ਜੋਟੀ ਉਹ ਬਾਰ ਬਾਰ ਨਹੀਂ ਆਉਂਦੀ ਅਤੇ ਨਾ ਹੀ ਕੋਈ ਤੁਹਾਨੂੰ ਵਿਖਾ ਸੀ ਇਨਸ਼ਾਅੱਲਾ ਇਹ ਕੰਮ ਇੱਥੇ ਸਾਡੇ ਕੋਲੋਂ ਨਹੀਂ ਆਉਂਦਾ ਕਿ ਮੰਡੀ ਤੋਂ ਲਿਆ ਕੇ ਅਤੇ ਬੁੱਚ ਪਾ ਜਾਂ ਠੱਪਾ ਲਾ ਕੇ ਸਟਿੱਕਰ ਲਾ ਕੇ ਆਖਾਂ ਜੀ ਫਲਾਣੀ ਬਰੀਡ ਹੈ ਅਤੇ ਫਲਾਣੀ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਅਤੇ ਕਮਿੰਟਾਂ 'ਚ ਆਪਣੀ ਰਾਏ ਦੇ ਨਾਲ ਸਾਨੂੰ ਜ਼ਰੂਰ ਅੱਗਾਹ ਕਰਨਾ ਨਵੀਂ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ ਹਾਜ਼ਰ ਹੋਵਾਂਗਾ ਅੱਲਾ ਨਿਕੇ ਬਾਨ ਚਾਚਾ ਹੁਣੇ ਫਾਈਨਲ 2:50 ਜਾਂ ਵਿੱਚ ਕੋਈ ਪਿਆਰ ਹੋ ਸੀ ਹੁਣੇ ਕਰਦੇ ਮੌਕੇ ਦੇ ਹਜ਼ਾਨਾ ਵੀ ਆਉਂਦੀ ਹੈ ਵੀ ਇਹਨੇ ਜਲਦੀ ਜਲਦੀ ਮੁਕਾ ਵੀ ਹੈ ਕੰਮ ਬਿਲਕੁਲ ਫਾਈਨਲ 2,75,000 ਦੇ ਸਾਲ 2,75 ਹੁਣ ਫਾਈਨਲ ਹੈ ਫਾਈਨਲ ਹੈ ਸਹੀ ਹੋ ਗਿਆ 2,75,000 2,85 ਰੇਟ ਹੈ ਪਿਆਰ 10,000 ਕਰਕੇ 2,75 ਨਵੀਂ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ ਹਾਜ਼ਰ ਹੋਵਾਂਗਾ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ।